ਸਾਡੇ ਕੋਲ ਸਾਡੀਆਂ ਜ਼ਮੀਨਾਂ ਹੀ ਨਹੀਂ ਰਹਿਣਗੀਆਂ, ਖਾਵਾਂਗੇ ਕਿੱਥੋਂ? ਸਾਡੇ ਘਰ ਦਾ ਗੁਜ਼ਾਰਾ ਕਿੱਥੋਂ ਚੱਲੂ? ਇਤਿਹਾਸ ਗਵਾਏ ਆਖਰ ਵਿੱਚ ਜਿੱਤ ਡੈਮੋਕ੍ਰੇਸੀ ਦੀ ਹੀ ਹੋਵੇਗੀ। ਇਹ ਦੇਸ਼ ਵੀ ਜਨਤਾ ਦਾ ਹੈ ਤੇ ਫੈਸਲਾ ਵੀ ਜਨਤਾ ਹੀ ਕਰੇਗੀ। ਕੀ ਸਹੀ ਹੈ ਕੀ ਗਲਤ ਹੈ? ਰੋਟੀ ਖਾਓ ਜਾ ਕੇ ਪੁੱਤ। ਪਰ ਸਾਡੀਆਂ ਜ਼ਮੀਨਾਂ ਦਾ ਕੀ? ਤੁਸੀਂ ਫਿਕਰ ਨਾ ਕਰੋ, ਜ਼ਮੀਨਾਂ ਵੀ ਆਪਣੀਆਂ ਰਹਿਣਗੀਆਂ ਤੇ ਫਸਲਾਂ ਵੀ ਆਪਣੀ ਹੀ ਰਹਿਣਗੀਆਂ। ਇੱਕ ਮਿੰਟ ਗੱਲ ਸੁਣੀ। ਹਾਂਜੀ। ਉਹ ਮੈਂ ਕਹਿੰਦਾ ਸੀ ਕਿ ਆਪਣੇ ਪਿੰਡ ਦੀ ਬਾਰੀ ਬਦਲ ਗਈ, ਟਰਾਲੀ ਚੱਲੀ ਹੈ ਪਿੰਡ। ਤੂੰ ਵੀ ਪਿੰਡ ਜਾਇਆ ਚੰਗਾ, ਨਾਲੇ ਜਿਹੜੇ ਘਰ ਦੇ ਦੋ ਚਾਰ ਕੰਮ ਉਹ ਕਰੇਂਗੀ, ਫਿਰ ਮੁੰਡੇ ਨੂੰ ਟਰਾਲੀ ਆਊਗੀ। ਅੱਛਾ, ਆਪ ਤੇ ਲੰਗਰ ਚ ਬਦਾਮ ਤੇ ਖੀਰ ਖਾਓਗੇ ਤੇ ਮੈਨੂੰ ਕਹਿੰਦੇ ਘਰ ਜਾ ਆਪ ਬਣਾ ਤੇ ਖਾ। ਵਾਹ ਤੁਹਾਡੇ, ਮੇਰਾ ਤਾਂ ਨਾ ਇੱਥੇ ਜੀ ਬਹੁਤ ਲੱਗਿਆ ਹੋਇਆ, ਘਰ ਜਾਣ ਨੂੰ ਜੀ ਨਹੀਂ ਕਰਦਾ। ਜਾਂ ਤਾਂ ਤੁਸੀਂ ਨਾਲ ਚੱਲੋ। ਇੱਕੋ ਇੱਕ ਤਾਂ ਧੀ ਸੀ, ਉਹ ਵੀ ਵਿਆਹ ਕੇ ਤੋਰਤੀ, ਉਹਦੇ ਨਾਲ ਤਾਂ ਫਿਰ ਵੀ ਘਰੇ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਹੋ ਜਾਂਦਾ ਸੀ। ਹੁਣ ਮੈਂ ਕਿ ਉੱਥੇ ਕੰਧਾਂ ਨਾਲ ਗੱਲਾਂ ਕਰਾਂ? ਭਲਾ ਦੱਸੋ, ਤੁਸੀਂ ਦਿਲ ਦੇ ਮਰੀਜ਼ ਹੋ, ਡਾਕਟਰ ਨੇ ਤੁਹਾਨੂੰ ਆਰਾਮ ਕਰਨ ਨੂੰ ਵੀ ਕਿਹਾ ਹੈ, ਨਾਲੇ ਮੇਰਾ ਨਹੀਂ ਹੁਣ ਜੀ ਕਰਦਾ ਇੱਥੋਂ ਜਾਣ ਨੂੰ। ਉਹ ਮੈਂ ਤੇਰੀ ਗੱਲ ਸਮਝਦਾ, ਜੀ ਤਾਂ ਇੱਥੋਂ ਜਾਣ ਨੂੰ ਕਿਸੇ ਦਾ ਨਹੀਂ ਕਰਦਾ, ਪਰ ਘਰ ਵੀ ਦੇਖਣਾ ਪੈਣਾ। ਦੇਖ, ਮੇਰੀ ਤਾਂ ਇੱਥੇ ਜ਼ਿੰਮੇਵਾਰੀ ਹੈ, ਕੁਛ ਵੀ ਹੋ ਸਕਦਾ ਕੱਲ੍ਹ, ਇਸ ਕਰਕੇ ਮੈਂ ਤਾਂ ਨਾ ਸੜਕ ਨਹੀਂ ਜਾ ਸਕਦਾ। ਨਾਲੇ ਤੂੰ ਤਾਂ ਜਾਣਦੀ ਹੈ ਪੰਜਾਬ ਦਾ ਭਵਿੱਖ ਹੁਣ ਇਸ ਧਰਨੇ 'ਤੇ ਟਿਕਿਆ ਹੋਇਆ, ਸਮਝ ਮੇਰੀ ਗੱਲ? ਮਨ ਲੱਗਾ ਹੁਣ ਘਰ ਜਾਇਆ। ਚਲੋ ਠੀਕ ਹੈ, ਚਲੀ ਜਾਂਦੀ ਹਾਂ, ਤੁਸੀਂ ਆਪਣਾ ਧਿਆਨ ਰੱਖਿਓ। ਉਹ ਕੋਈ ਗੱਲ ਨਹੀਂ, ਚਿੰਤਾ ਨਾ ਕਰ, ਮੈਂ ਠੀਕ ਹਾਂ। ਠੀਕ ਹੈ, ਬੈਗ ਲੈ ਜਾਈਏ ਨਾਲ। ਹੈ, ਹਾਂਜੀ ਲੈ ਜੂੰਗੀ। ਕੀ ਹੋ ਗਿਆ ਰਹਿਰਾਜ? ਉਹ ਪਾਣੀ ਲੈ ਗਿਆ। ਲੈ ਪਾਣੀ ਪੀ, ਪਾਣੀ। ਰਸ ਫੜੋ ਫੜੋ, ਓਏ ਮਰ ਲੋ, ਓਏ ਜਲਦੀ ਆਓ, ਓਏ ਆ ਜਾਓ ਯਾਰ। ਰਸ ਰਸ ਕੀ ਹੋ ਗਿਆ ਤੈਨੂੰ? ਰਸ